ਬੜਿਆਂ ਦਾ ਮੈਂ ਦਿਲ ਦੁਖਾਇਆ ਹੋਣਾ। ਮੈਂ ਬਹੁਤ ਰੋਜ਼ ਹੱਥ ਜੋੜ ਕੇ ਗੁਰੂ ਮਹਾਰਾਜ ਤੋਂ ਮਾਫ਼ੀ ਮੰਗਦਾ ਕਿ ਮੇਰੇ ਕੀਤੇ ਹੋਏ ਗੁਨਾਹਾਂ ਦੀ ਮੈਨੂੰ ਮਾਫ਼ੀ ਦੇ ਦਿਓ, ਮੇਰੇ ਇਹਨੀ ਗਲਤੀਆਂ ਮਾਫ਼ ਕਰ ਦਿਓ। ਐਵਰੀ ਡੇ ਰੋਜ਼ ਜਿਹੜੇ ਮੇਰੇ ਤੋਂ ਟੁੱਟੇ ਹੋਏ ਆ, ਰੁੱਸੇ ਹੋਏ ਆ, ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਮਾਫ਼ੀ ਮੰਗ ਕੇ, ਕਿਤੇ ਟਾਈਮ ਮਿਲਿਆ ਤਾਂ ਉਹਨੂੰ ਵੀ ਲੈ ਕੇ ਆ ਜੋੜਾਂਗੇ, ਜੋ ਇੱਕ ਦੋ ਮੇਰੇ ਬਹੁਤ ਪਿਆਰੇ ਦਿਲ 'ਚ ਰਿਸ਼ਤੇ ਨੇ। ਕਦੇ ਐਸਾ ਮੌਕਾ ਆਇਆ ਮੈਂ ਉਹਨਾਂ ਤੋਂ ਮਾਫ਼ੀ ਵੀ ਮੰਗ ਸਕਦਾ, ਪੈਰ ਵੀ ਫੜ ਸਕਦਾ। ਮੈਂ ਤਾਂ ਯੂਵੀ ਨੂੰ ਵੀ ਕਿਹਾ ਸੀ, ਮੈਂ ਭਰਾਵਾ ਜੇ ਮੇਰੇ ਤੋਂ ਬਹੁਤ ਕੋਈ ਗਲਤੀ ਹੋ ਗਈ ਆ ਜਾਂ ਮੇਰੇ ਤੋਂ ਤੇਰੇ ਨਾਲ ਵਧੀਕੀ ਹੋ ਗਈ ਜਾਂ ਪਰਿਵਾਰ ਨਾਲ ਵਧੀਕੀ ਹੋ ਗਈ, ਤਾਂ ਮੈਨੂੰ ਤੂੰ ਮੈਂ ਅਣਜਾਣ ਪਿਓ ਸਮਝ ਕੇ ਮਾਫ਼ ਕਰ।